ਦੋਸਤੋ ਜੋ ਕਈ ਦਿਨੋਂ ਤੋਂ ਲੋਕ ਮੈਨੂੰ ਪੁੱਛ ਰਹੇ ਸੀ ਕਿ ਵੀ ਕੈਨੇਡਾ 'ਤੇ ਕੋਈ ਅਸਰ ਹੋਏਗਾ ਕਰੋਨਾ ਵਾਇਰਸ ਦਾ, ਕਰੋਨਾ ਵਾਇਰਸ ਦਾ ਅਸਰ ਹੋ ਗਿਆ, ਅੱਜ ਅਨਾਊਂਸਮੈਂਟ ਹੋ ਗਿਆ ਕਿ ਜਿਨ੍ਹਾਂ ਕੋਲ ਕੈਨੇਡੀਅਨ ਪਾਸਪੋਰਟ ਨਹੀਂ ਹੈ, ਜਿਨ੍ਹਾਂ ਕੋਲ ਕੈਨੇਡੀਅਨ PR ਨਹੀਂ ਹੈ ਜਾਂ ਅਮੈਰੀਕਨ ਪਾਸਪੋਰਟ ਨਹੀਂ ਹੈ, ਉਹ ਹੁਣ ਕੈਨੇਡਾ ਨਹੀਂ ਆ ਸਕਦੇ ਈਵਨ ਦੋ ਤੁਹਾਡੇ ਕੋਲ ਵੀਜ਼ਾ ਹੈ। ਸੋ ਇਹ ਹੁਣ ਅੱਜ ਹੀ ਅਨਾਊਂਸਮੈਂਟ ਹੋ ਗਿਆ, ਇਹ ਕਿੰਨੇ ਦਿਨ ਚੱਲੇਗਾ ਵੀ ਹੈਵ ਨੋ ਆਈਡੀਆ, ਪਰ ਤੁਸੀਂ ਇਹ ਨਿਊਜ਼ CBC ਨਿਊਜ਼ 'ਤੇ ਜਾ ਕੇ ਟਾਈਪ ਕਰਕੇ ਦੇਖ ਸਕਦੇ ਹੋ, ਲਿਖਿਆ ਹੋਇਆ ਤੁਹਾਡੇ ਸਾਹਮਣੇ, ਨਹੀਂ ਤਾਂ ਆਪਣਾ ਜਾਂ ਤਾਂ ਆਪਣਾ ਗੂਗਲ 'ਤੇ ਟਾਈਪ ਕਰਕੇ ਦੇਖ ਲਓ ਲਿਖਿਆ ਹੋਇਆ। ਆਈ ਐਮ ਜਸਟ ਗੋਇੰਗ ਟੂ ਰੀਡ ਫਰੋਮ ਹੇਅਰ ਔਨ ਦਾ ਟੋਪ ਲਾਈਨ, ਕੈਨੇਡਾ ਇਜ਼ ਬਾਰਡਿੰਗ ਐਂਟਰੀ ਟੂ ਆਲ ਟਰੈਵਲਰਸ ਹੂ ਆਰ ਨਾਟ ਕੈਨੇਡੀਅਨ ਸਿਟੀਜ਼ਨਸ PR ਔਰ ਅਮੈਰੀਕਨਸ, ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਨਾਊਂਸਡ ਟੁਡੇ ਵਨ ਆਫ ਦਾ ਸੈਟ ਐਕਸਟਰਾਆਰਡੀਨਰੀ ਨਿਊ ਮੈਜ਼ਰ ਬੀ ਇੰਟਰੋਡਿਊਸ ਟੂ ਸਟਾਪ ਦਾ ਸਪਰੈਡ ਆਫ COVID-19 ਕਰੋਨਾ ਵਾਇਰਸ ਕਰਕੇ ਇਹ ਸਾਰਾ ਬੰਦ ਹੋ ਗਿਆ। ਸੋ ਜਿਨ੍ਹਾਂ ਕੋਲ ਇਹ ਕਦੋਂ ਤੋਂ ਸ਼ੁਰੂ ਹੋ ਰਿਹਾ, ਮੇਰੇ ਖਿਆਲ ਇਹ ਵੀ ਦੇਖ ਲਈਏ, ਮੇਰੇ ਖਿਆਲ ਸਟਾਰਟਿੰਗ ਫਰੋਮ ਆਈ ਥਿੰਕ 1 or 2 days, ਮੇਰੇ ਖਿਆਲ 18 ਤਰੀਕ ਤੋਂ ਸ਼ਾਇਦ ਸਟਾਰਟ ਹੋ ਰਿਹਾ, ਸ਼ਾਇਦ 2 ਦਿਨ ਬਾਅਦ। ਸੋ ਜਿਨ੍ਹਾਂ ਨੇ ਅਗਰ ਫਲਾਈਟ ਨਹੀਂ ਲਈ, ਆਪਣਾ ਏਅਰਲਾਈਨ ਤੋਂ ਚੈੱਕ ਕਰ ਲਓ ਬਾਈ ਕਿ ਮੇਰੀ ਫਲਾਈਟ ਚੱਲ ਵੀ ਸਕਦੀ ਹੈ ਕਿ ਨਹੀਂ, ਨਹੀਂ ਤਾਂ ਮਤਲਬ ਕਿ ਯੂ ਆਰ ਬਲਾਕਡ, ਤੁਹਾਡੇ ਕੋਲ ਵੀਜ਼ਾ ਵੀ ਹੈ ਫਿਰ ਵੀ ਕੋਈ ਅਸਰ ਨਹੀਂ ਹੋਣਾ, ਯੂ ਕੈਨ ਨਾਟ ਕਮ ਟੂ ਕੈਨੇਡਾ ਫੋਰ ਟਾਈਮ ਬੀਂਗ। ਇਹ ਟਾਈਪ ਕਰਕੇ ਦੇਖ ਲਓ, ਕੈਨੇਡਾ ਟੂ ਬਾਰ ਐਂਟਰੀ ਟੂ ਟਰੈਵਲਰਸ, CBC ਨਿਊਜ਼ 'ਤੇ ਆਇਆ ਹੋਇਆ। ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ ਐਂਡ ਆਈਲ ਕੀਪ ਯੂ ਅਪਡੇਟਡ। ਓਕੇ, ਥੈਂਕ ਯੂ।